ਨਾਭਾ ਦੇ ਪਿੰਡ ਹਸਨਪੁਰ ਪੁਲ ਦੇ ਕੋਲ ਇੱਕ ਭਿਆਨਕ ਹਾਦਸਾ ਹੋਇਆ। ਮਨਰੇਗਾ ਮਜ਼ਦੂਰਾਂ ਨੂੰ ਟਰੈਕਟਰ ਦੇ ਨਾਲ ਕੁਚਲਿਆ ਗਿਆ। ਦੋ ਨਰੇਗਾ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ। 10 ਤੋਂ ਵੱਧ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪ੍ਰਵਾਸੀ ਮਜ਼ਦੂਰ ਇਸ ਟਰੈਕਟਰ ਨੂੰ ਚਲਾ ਰਿਹਾ ਸੀ ਜਦੋਂ ਇਹ ਭਿਆਨਕ ਹਾਦਸਾ ਹੋਇਆ। ਦੋ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ। 10 ਤੋਂ ਵੱਧ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਨਾਭਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਹਸਨਪੁਰ ਪੁਲ ਦੇ ਨਜ਼ਦੀਕ ਇਹ ਹਾਦਸਾ ਹੋਇਆ। ਦੋ ਮਨਰੇਗਾ ਮਜ਼ਦੂਰਾਂ ਮਹਿਲਾਵਾਂ ਦੀ ਮੌਤ ਹੋ ਗਈ। 10 ਤੋਂ ਵੱਧ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਸ਼ਾਮਲ ਕਰਵਾਇਆ ਗਿਆ। ਇਹਨਾਂ ਦੇ ਵਿੱਚ ਇੱਕ ਬਜ਼ੁਰਗ ਵੀ ਸ਼ਾਮਲ ਹੈ। ਸਾਰੇ ਨਾਭਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ। ਟਰੈਕਟਰ ਇੱਕ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਸੀ ਔਰ ਟਰੈਕਟਰ ਦੀ ਸਪੀਡ ਬਹੁਤ ਜ਼ਿਆਦਾ ਸੀ ਔਰ ਮੌਕੇ ਤੋਂ ਉਹ ਫਰਾਰ ਹੋ ਗਿਆ। ਟਰੈਕਟਰ ਵੀ ਆ ਜਿਹੜਾ ਉਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ, ਕਿਸ ਤਰੀਕੇ ਦੇ ਨਾਲ ਛੱਪੜ ਦੇ ਵਿੱਚ ਡਿੱਗ ਗਿਆ। ਔਰ ਇਹ ਮਜ਼ਦੂਰ ਨੇ ਜਿਹੜੇ ਪੰਜਾਬ ਦੇ ਵਿੱਚ ਆਏ ਹੋਏ ਸੀ ਪ੍ਰਵਾਸੀ ਮਜ਼ਦੂਰ ਝੋਨਾ ਲਗਾਉਣ ਦੇ ਲਈ, ਤਾਂ ਇਹ ਮਜ਼ਦੂਰ ਆ ਜਿਹੜਾ ਟਰੈਕਟਰ ਚਲਾ ਰਿਹਾ ਸੀ। ਤਾਂ ਹਸਨਪੁਰ ਪੁਲ ਦੇ ਕੋਲ ਮਨਰੇਗਾ ਦੀ ਹਾਜ਼ਰੀ ਲੱਗ ਰਹੀ ਸੀ ਜਦੋਂ ਇਹ ਭਿਆਨਕ ਹਾਦਸਾ ਹੋਇਆ। ਦੋ ਮਹਿਲਾਵਾਂ ਦੀ ਮੌਕੇ ਤੇ ਮੌਤ ਹੋ ਗਈ। 10 ਤੋਂ ਵੱਧ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਨਾਭਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਇਹ ਪ੍ਰਵਾਸੀ ਮਜ਼ਦੂਰ ਕਿਸ ਕਿਸਾਨ ਦੇ ਵੱਲੋਂ ਆਪਣੇ ਖੇਤ ਵਿੱਚ ਲਿਆਂਦਾ ਗਿਆ ਸੀ ਔਰ ਕਿਵੇਂ ਇਹ ਟਰੈਕਟਰ ਚਲਾ ਰਿਹਾ ਸੀ, ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਦੀ ਗੱਲ ਕਹੀ ਗਈ ਹੈ ਔਰ ਕਾਰਵਾਈ ਦਾ ਵੀ ਭਰੋਸਾ ਦਿੱਤਾ ਗਿਆ ਹੈ। ਫਿਲਹਾਲ ਇਸ ਘਟਨਾ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਫਰਾਰ ਹੈ, ਜਿਸ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਦੇ ਵਿੱਚ ਮਨਰੇਗਾ ਦੀਆਂ ਦੋ ਮਹਿਲਾਵਾਂ ਦੀ ਮੌਤ ਹੋ ਗਈ। 10 ਤੋਂ ਵੱਧ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਨਾਭਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਟਰੈਕਟਰ ਬੇਕਾਬੂ ਹੋ ਕੇ ਛੱਪੜ ਦੇ ਵਿੱਚ ਡਿੱਗ ਪਿਆ। ਪਹਿਲਾਂ ਹੀ ਫੋਨ ਆਇਆ ਸਾਡੇ ਉੱਥੋਂ ਕਮਿਊਨਿਟੀ ਦਾ ਕਿ ਹਸਨਪੁਰ ਟੁੰਗਾਂ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਕਿ ਭਈਆ ਅਤੇ 3-4 ਭਈਏ ਸੀਗੇ ਟਰੈਕਟਰ 'ਤੇ ਪਨੀਰੀ ਲੈ ਕੇ ਜਾ ਰਹੇ ਸੀਗੇ ਅਤੇ ਟਰੈਕਟਰ ਬੇਕਾਬੂ ਹੋ ਗਿਆ। ਮਨਰੇਗਾ 'ਤੇ ਹੀ ਜਿਹੜੀਆਂ ਨੇ ਮਨਰੇਗਾ ਦੀਆਂ ਵਰਕਰਾਂ ਸੜਕ 'ਤੇ ਕੰਮ ਕਰ ਰਹੀਆਂ ਸੀਗੀਆਂ ਅਤੇ ਉਹ ਟਰੈਕਟਰ ਬੇਕਾਬੂ ਹੋ ਕੇ ਉਹਨਾਂ ਮਨਰੇਗਾ ਵਰਕਰਾਂ 'ਤੇ ਚੜ ਗਿਆ, ਜਿਹਦੇ ਵਿੱਚੋਂ ਰਾਈਟ ਵੇ ਦੋ ਬਜ਼ੁਰਗ ਮਹਿਲਾਵਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਅਤੇ ਜਿਹੜੀਆਂ 8 ਇੰਜਰਡ ਨੇ, ਕਈਆਂ ਦੇ ਸਿਰ 'ਚ ਸੱਟ ਲੱਗੀ ਹੈ। ਹੁਣ ਟੈਸਟ ਹੋਣ ਤੋਂ ਬਾਅਦ ਪਤਾ ਲੱਗੂਗਾ ਕੀ ਕੰਡੀਸ਼ਨ ਹੈ। ਅਤੇ ਇੱਥੇ ਮੈਂ ਵਿਜ਼ਿਟ ਕੀਤਾ, ਬੇਨਤੀ ਕੀਤੀ ਡਾਕਟਰ ਸਾਹਿਬਾਂ ਨੂੰ ਕਿ ਜਲਦੀ ਉਹਨਾਂ ਦੇ ਟੈਸਟ ਕੀਤੇ ਜਾਣ ਅਤੇ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਾ ਕੇ ਉੱਥੇ ਪ੍ਰੋਪਰ ਜਿਹੜਾ ਕਾਰਵਾਈ ਹੋਵੇ ਔਰ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈ ਸਖ਼ਤ ਤੋਂ ਸਖ਼ਤ ਕਰ। 65 ਦੇ ਕਰੀਬ ਬੰਦੇ ਦੱਸੇ ਜਾ ਰਹੇ ਉੱਥੇ ਕੰਮ ਕਰੇ, ਵੱਡਾ ਹਾਦਸਾ ਵੀ ਹੋ ਸਕਦਾ? ਵੱਡਾ ਹਾਦਸਾ ਬਿਲਕੁਲ ਜੀ, ਇਹ ਵੀ ਵੱਡਾ ਹੀ ਹੈ ਜੀ। ਦੇਖੋ, ਇਨਸਾਨ ਦੀ ਤਾਂ ਜ਼ਿੰਦਗੀ ਜ਼ਿੰਦਗੀ ਹੈ ਜੀ। ਦੋ ਸਾਡੀਆਂ ਬਜ਼ੁਰਗ ਮਾਤਾਵਾਂ ਚਲੇ ਗਈਆਂ, ਬੜਾ ਅਫਸੋਸ ਹੈ ਇਸ ਗੱਲ ਦਾ ਔਰ ਮਨਰੇਗਾ ਵਰਕਰ ਨੇ ਔਰ ਮੈਂ ਮੰਗ ਵੀ ਕਰੂੰਗਾ ਕਿ ਸਾਡੇ ਸੀਮ ਸਾਹਿਬ ਦੇ ਨੋਟਿਸ ਦੇ ਵਿੱਚ ਲੈ ਕੇ ਆਵਾਂ ਕਿ ਮਨਰੇਗਾ ਵਰਕਰਾਂ ਨੂੰ ਕੋਈ ਨਾ ਕੋਈ ਮਾਲੀ ਮਦਦ ਜਿਹੜੀ ਦਿੱਤੀ ਜਾਵੇ। ਬਿਲਕੁਲ ਬਿਲਕੁਲ, ਟਰੈਕਟਰ ਜਿਹੜਾ ਚਲਾ ਰਿਹਾ ਸੀਗਾ, ਜਿਹਦਾ ਟਰੈਕਟਰ ਹੈ, ਜੋ ਵੀ ਹੈਗਾ, ਸਾਰਿਆਂ 'ਤੇ ਕਾਨੂੰਨੀ ਕਾਰਵਾਈ। ਸਾਡਾ ਹਾਜ਼ਰੀ ਲਾ ਰਹੇ ਨੇ, ਟਰੈਕਟਰ ਲੈ ਕੇ ਆਏ ਨੇ, ਟਰੈਕਟਰ ਉੱਤੇ ਜਾਣ ਤਾਂ ਸਾਰਿਆਂ ਨੇ ਰੋਕਿਆ। ਕੌਣ ਚਲਾ ਰਿਹਾ ਸੀ? ਬਈਆ ਚਲਾ ਰਿਹਾ। ਬਈਆ ਚਲਾ ਰਿਹਾ ਸੀ। ਕਿੰਨੇ ਜਾਣੇ ਤੁਸੀਂ ਕੰਮ ਕਰ ਰਹੇ ਤੇ ਮਨਰੇਗਾ ਦਾ? ਮਨਰੇਗਾ ਦੇ ਸਾਡੇ 25 ਜਣੇ ਦਾ ਹਿੰਮਤਪੁਰ ਦੇ ਤੇ 35-40 ਜਣੇ ਤੁੰਗਾ ਦੇ ਤੇ। ਅੱਛਾ, ਮੇਰੇ ਉੱਤੇ ਟਾਇਰ ਚਾੜਤਾ ਜੀ ਦੇਖੋ। ਅੱਛਾ, ਟਾਇਰ ਚਾੜਤਾ, ਕੋਈ ਪਤਾ ਨਹੀਂ, ਹਾਜ਼ਰੀ ਲਵਾ ਰਹੇ ਤੇ ਅਸੀਂ ਹਾਜ਼ਰੀ ਇੱਕ ਸਾਈਡ 'ਤੇ। ਹਾਂ, ਮੈਨੂੰ ਲੱਗਦਾ ਹੋਊਗੇ 10-12 ਫੱਟੜ। ਮੌਤ ਵੀ ਹੋਈ ਹੈ ਵਿੱਚ? ਨਰੇਗਾ ਵਾਲੇ ਹਾਜ਼ਰੀ ਲਵਾ ਰਹੇ ਸੀਗੇ, ਨਹਿਰ ਦੇ ਉੱਪਰ ਬੈਠੇ, ਪਿੰਡੋਂ ਬਈਏ ਟਰੈਕਟਰ ਲੈ ਕੇ ਆ ਰਹੇ ਸੀਗੇ। ਜ਼ਿਮੀਂਦਾਰਾਂ ਦਾ ਸਾਡੇ ਪਿੰਡ ਦਾ ਟਰੈਕਟਰ ਹੈ, ਬਈਏ ਟਰੈਕਟਰ ਚਲਾ ਰਹੇ ਨੇ।
ਬਈਆਂ ਦਾ ਕੀ ਮਰਜ਼ਾ ਵੀ ਟਰੈਕਟਰ ਚਲਾਉਣਗੇ? ਇਹ ਕੀ ਕਰਦੇ ਸੀ ਜਿਹੜੇ ਸਾਰੀ ਇੱਥੇ ਨਰੇਗਾ ਦੀ ਹਾਜ਼ਰੀ ਲੱਗ ਰਹੀ ਸੀ? ਕਿੰਨੇ ਜਾਣੇ ਸੀ ਟੋਟਲ? ਹੁਣੀ 60-65 ਬੰਦੇ। ਕਿਹੜੇ ਪਿੰਡ ਦੇ ਸੀਗੇ? ਪਿੰਡ ਤੋਂ ਗਏ। ਕਿੰਨੇ ਜ਼ਖਮੀ ਹੁੰਦੇ, ਕਿੰਨੇ ਦੀ ਡੈਥ ਹੋ ਗਈ? ਦੋ ਬੰਦੇ ਦੀ ਡੈਥ ਹੋ ਗਈ ਜੀ, 10-12 ਜਣੇ ਜ਼ਖਮੀ। ਕੀ ਬੀਬੀਆਂ ਹੀ ਨੇ ਦੋਨੋਂ? ਦੋ ਬੀਬੀਆਂ ਨੇ। ਕਿੰਨੀ ਕੁ ਉਮਰ ਦੀਆਂ ਨੇ? ਹੁਣੀ 55-60 ਸਾਲ ਦੀ। ਇਹ ਟਰੈਕਟਰ ਕਿਹਦਾ ਸੀ? ਪਿੰਡ ਤੋਂ ਗਾ ਜੀ। ਨਹੀਂ, ਇਹਦਾ ਨਾਮ ਕੀ ਹੈ? ਜਗਪਾਲ ਸਿੰਘ ਦੱਸ ਦਨੇ, ਬਾਕੀ ਟਰੈਕਟਰ ਪਤਾ ਨਹੀਂ ਕਿਹਦਾ ਹੋ ਗਿਆ ਜੀ। ਇਹ ਫਿਰ ਉਹਨਾਂ ਦਾ ਟਰੈਕਟਰ ਲਈ ਫਿਰਦੇ ਸੀ? ਟਰੈਕਟਰ ਭਈਆਂ ਕੋਲ ਸੀ, ਭਈਏ ਬਹੁਤ ਲੈ ਕੇ ਆਏ ਨੇ ਜੀ। ਟਰੈਕਟਰ ਉੱਥੇ ਛੱਡ ਕੇ ਭੱਜ ਗਏ ਜੀ। ਚੋਂ ਦੇ ਵਿੱਚ ਉੱਤਰਿਆ ਖੜਾ ਜੀ ਟਰੈਕਟਰ। ਕੌਣ ਸੀ ਉਹਦੇ 'ਚ? ਮੇਰੀ ਮਾਤਾ ਦੀ। ਕੀ ਨਾਮ ਉਹਦਾ? ਜਰਨੈਲ ਕੌਰ ਹੈ। ਕਿੰਨੀ ਕੁ ਉਮਰ ਹੈ? ਉਮਰ 58-60 ਸਾਲ ਹੋ ਗਈ। ਟਰੈਕਟਰ ਚੋਂ ਦੇ ਵਿੱਚ ਖੜਾ ਜੀ, ਉੱਤਰਿਆ ਉੱਥੇ। ਕਿੰਨੀ ਕੁ ਸਪੀਡ ਦਾ? ਸਪੀਡ ਤਾਂ ਵੱਧ ਹੋਣੀ ਹੈ, ਜਿਹੜਾ ਕੰਟਰੋਲ ਨਹੀਂ ਹੋਈ, ਖਬਰ ਕਿੰਨੀ ਕੁ ਸਪੀਡ ਹੋਣੀ।